ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ। ਫ੍ਰਿਜ਼ਨੋ ਦੀ ਸੁਪੀਰੀਅਰ ਕੋਰਟ 'ਚ ਰਾਜ ਸਿੰਘ ਬੰਦੇਸ਼ਾ ਬਣੇ ਪਹਿਲੇ ਸਿੱਖ ਜੱਜ। ਜੀ ਹਾਂ, ਕਹਿੰਦੇ ਨੇ ਜਿੱਥੇ ਚਾਹ ਉੱਥੇ ਰਾਹ, ਤੇ ਇਹਨਾਂ ਰਾਹਾਂ ਤੇ ਕਾਮਯਾਬੀ ਹਾਸਲ ਕਰਦਿਆਂ ਪੰਜਾਬ ਤੇ ਪੰਜਾਬੀਆਂ ਦਾ ਮਾਣ ਇੱਕ ਵਾਰ ਫਿਰ ਵਧਿਆ ਹੈ। ਦਰਅਸਲ ਫ੍ਰਿਜ਼ਨੋ ਦੀ ਸੁਪੀਰੀਅਰ ਕੋਰਟ 'ਚ ਪੰਜਾਬੀ ਮੂਲ ਦੇ ਰਾਜ ਬੰਦੇਸ਼ਾ ਪਹਿਲੇ ਸਿੱਖ ਜੱਜ ਬਣੇ ਹਨ। ਉਹਨਾਂ ਦੇ ਜੱਜ ਬਣਨ ਦੇ ਐਲਾਨ ਤੋਂ ਬਾਅਦ ਪਹਿਲੀ ਵਾਰ ਉਹਨਾਂ ਨੇ ਰਸਮੀ ਤੌਰ 'ਤੇ ਕੋਰਟ ਵਿੱਚ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਉਹਨਾਂ ਨੇ ਜੋ ਬੋਲੇ ਸੋ ਨਿਹਾਲ ਦੇ ਨਾਰੇ ਵੀ ਲਾਏ, ਜਿਸ ਤੋਂ ਬਾਅਦ ਜਕਾਰਿਆਂ ਨਾਲ ਪੂਰਾ ਕੋਰਟ ਨੂੰ ਗੂੰਜ ਉੱਠਿਆ। ਫ੍ਰਿਜ਼ਨੋ ਦੀ ਸੁਪੀਰੀਅਰ ਕੋਰਟ ਦੇ ਜੱਜ ਵਜੋਂ ਰਾਜ ਪਹਿਲੇ ਪਗੜੀਧਾਰੀ ਜੱਜ ਬਣੇ ਹਨ। ਜ਼ਿਕਰਯੋਗ ਇਹ ਵੀ ਹੈ ਕਿ ਕੈਲੀਫੋਰਨੀਆ ਦੀ ਗਵਰਨਰ ਗੈਵਿਨ ਨਿਊਜ਼ਮ ਨੇ 3 ਮਈ ਨੂੰ ਬੰਦੇਸ਼ਾ ਦੀ ਨਿਯੁਕਤੀ ਦਾ ਐਲਾਨ ਕੀਤਾ ਸੀ। ਕੜੀ ਮਿਹਨਤ ਤੋਂ ਬਾਅਦ ਉਹਨਾਂ ਨੂੰ ਇਹ ਸਫਲਤਾ ਮਿਲੀ ਹੈ। ਦੱਸ ਦਈਏ ਕਿ ਰਾਜ ਸਿੰਘ ਬੰਦੇਸ਼ਾ 2022 ਤੋਂ ਫ੍ਰਿਜ਼ਨੋ ਨਗਰ ਦੇ ਸਰਕਾਰੀ ਵਕੀਲ ਦੇ ਮੁੱਖ ਸਹਾਇਕ ਵਜੋਂ ਵਿਚਰਦੇ ਆ ਰਹੇ ਨੇ। ਉਂਝ ਉਹ ਇਸੇ ਦਫ਼ਤਰ ਨਾਲ 2012 ਤੋਂ ਜੁੜੇ ਹਨ। ਉਹ 2008 ਤੋਂ 2012 ਤੱਕ ਬੇਕਰ ਮੈਨੋਕ ਐਂਡ ਜੈਨਸਨ 'ਚ ਇੱਕ ਐਸੋਸੀਏਟ ਵਜੋਂ ਵੀ ਕੰਮ ਕਰਦੇ ਰਹੇ। ਰਾਜ ਸਿੰਘ ਬੰਦੇਸ਼ਾ ਨੇ ਸਨ ਫਰਾਂਸਿਸਕੋ ਸਥਿਤ ਯੂਨੀਵਰਸਿਟੀ ਆਫ ਕਾਲਜ ਆਫ ਦੀ ਲੋ ਤੋਂ ਜੂਰਿਸ ਡਾਕਟਰ ਦੀ ਡਿਗਰੀ ਵੀ ਹਾਸਲ ਕੀਤੀ। ਸਿਟੀ ਆਫ ਫ੍ਰਿਜ਼ਨੋ ਦੀ ਕੈਲੀਫੋਰਨੀਆ ਨੇ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਤਸਵੀਰ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਫ੍ਰਿਜ਼ਨੋ ਦੇ ਸਾਬਕਾ ਸਹਾਇਕ ਸਿਟੀ ਅਟਾਰਨੀ ਰਾਜ ਸਿੰਘ ਬੰਦੇਸ਼ਾ ਨੂੰ ਰਸਮੀ ਤੌਰ 'ਤੇ ਨਵੇਂ ਫ੍ਰਿਜ਼ਨੋ ਦੀ ਸੁਪੀਰੀਅਰ ਜੱਜ ਬਣਨ 'ਤੇ ਵਧਾਈ। ਰਾਜ 4 ਦਹਾਕਿਆਂ ਤੋਂ ਵੱਧ ਸਮੇਂ ਵਿੱਚ ਪਹਿਲੇ ਵਿਅਕਤੀ ਹਨ ਸਿਟੀ ਹਾਲ ਤੋਂ ਸਿੱਧਾ ਫ੍ਰਿਜ਼ਨੋ ਦੀ ਸੁਪੀਰੀਅਰ ਕੋਰਟ 'ਚ ਜਾਓ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਹੈ। ਰਾਜ ਸਿੰਘ ਬੰਦੇਸ਼ਾ ਨੂੰ ਵਧਾਈ ਦਿੱਤੀ ਗਈ ਹੈ ਸਿਟੀ ਆਫ ਫ੍ਰਿਜ਼ਨੋ ਕੈਲੀਫੋਰਨੀਆ ਦੇ ਵੱਲੋਂ।